ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਦਿਵਿਆਨੀ ਜੱਟ ਲੈਂਡਮਾਰਕ ਇਮੀਗ੍ਰੇਸ਼ਨ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ ਇਸ ਸ਼ੋਅ ਦੇ ਰਾਹੀਂ ਅੱਜ ਆਪਾਂ ਤੁਹਾਨੂੰ ਕਾਫੀ ਕੁਝ ਦੱਸਣ ਵਾਲੇ ਹਾਂ ਇੰਪੋਰਟੈਂਟ ਗੱਲਾਂ ਕਿਉਂਕਿ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਨੇ ਅਪਡੇਟਸ ਭਾਲਦੇ ਨੇ ਕਿ ਕਿੱਥੇ ਕਿੱਥੇ ਕੀ ਅਪਡੇਟ ਚੱਲ ਰਹੀ ਹੈਗੀ ਹੈ ਸੋ ਇਸ ਸ਼ੋਅ ਨੂੰ ਮਿਸ ਆਊਟ ਨਾ ਕਰਿਓ ਤੁਹਾਡੇ ਲਈ ਕਾਫੀ ਕੁਝ ਇੰਪੋਰਟੈਂਟ ਸਟੱਫ ਇੰਪੋਰਟੈਂਟ ਮਟੀਰੀਅਲ ਇਸ ਸ਼ੋਅ ਦੇ ਰਾਹੀਂ ਤੁਸੀਂ ਜਾਣ ਸਕਦੇ ਹੈਗੇ ਹੋ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਕਈ ਸਾਲਾਂ ਦਾ ਐਕਸਪੀਰੀਅੰਸ ਹੋਲਡ ਕਰ ਰਹੇ ਜਸਮੀਤ ਸਿੰਘ ਭਾਟੀਆ ਅੱਜ ਸਾਡੇ ਨਾਲ ਨੇ ਆਓ ਫਿਰ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜਸਮੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹਾਂਗੀ ਕਿ ਕੈਨੇਡਾ ਨੂੰ ਲੈ ਕੇ ਸਾਨੂੰ ਰੀਸੈਂਟਲੀ ਕੋਈ ਅਪਡੇਟ ਆਈ ਹੈ ਜਾਂ ਫਿਰ ਰੀਸੈਂਟਲੀ ਕੋਈ ਨਵੀਂ ਚੀਜ਼ ਚੇਂਜ ਹੋਈ ਆ ਉਹਦੇ ਬਾਰੇ ਦੱਸੋ ਸੀ ਕੈਨੇਡਾ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਜਿਨ੍ਹਾਂ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਦਰ ਪੀ ਆਰ ਅਪਲਾਈ ਕੀਤੀ ਹੋਈ ਸੀ ਜੀ ਨਾਰਮਲੀ ਉਹਦਾ ਜਿਹੜਾ ਸੀ ਆਰ ਐਸ ਸਕੋਰ ਹੁੰਦਾ ਦੈਟ ਇਜ਼ ਆਲਵੇਜ਼ ਅਬਵ 350 ਜਾਂ 400 ਪਰ ਜਿੰਨੀਆਂ ਪੈਂਡਿੰਗ ਫਾਈਲ ਸੀ 27,332 ਪੈਂਡਿੰਗ ਫਾਈਲ ਸੀ ਸੀ ਆਰ ਐਸ ਸਕੋਰ ਫਾਲ ਬੈਕ ਟੂ 75 ਓਨਲੀ ਔਰ ਜਿੰਨੀਆਂ ਪੈਂਡਿੰਗ ਫਾਈਲ ਸੀ ਉਹਨਾਂ ਸਾਰੀਆਂ ਫਾਈਲਾਂ ਨੂੰ ਪੀ ਆਰ ਦੇ ਦਿੱਤੀ ਗਈ ਉਹਨਾਂ ਸਾਰੀਆਂ ਨੂੰ ਆਈ ਟੀ ਏ ਦੇ ਦਿੱਤੇ ਗਏ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਕਿਉਂਕਿ ਇੰਨੀ ਸ਼ੋਰਟੇਜ ਸੀ ਇਮੀਗ੍ਰੇਸ਼ਨ ਦੀ ਜਿਹੜੀ ਕਿ ਸਾਲਾਨਾ 6 ਲੱਖ ਬਾਹਰੋਂ ਲੋਕ ਜਾਂਦੇ ਹੈ ਕੈਨੇਡਾ ਵਿੱਚ ਜਿਹਦੇ ਵਿੱਚ 4 ਲੱਖ ਸਟੂਡੈਂਟਸ ਹੁੰਦੇ ਆ ਔਰ 1.5 ਤੋਂ 2 ਲੱਖ ਇਮੀਗ੍ਰੈਂਟਸ ਹੁੰਦੇ ਆ ਔਰ 2020 ਵਿੱਚ ਮੈਨੂੰ ਨਹੀਂ ਲੱਗਦਾ ਕਿ 60,000 ਤੋਂ 70,000 ਤੋਂ ਵੀ ਜ਼ਿਆਦਾ ਵੀਜ਼ਾਸ ਅਪਰੂਵ ਹੋ ਪਾਏ ਸੋ ਸ਼ੋਰਟੇਜ ਵਾਸ ਵੈਰੀ ਹਾਈ ਮਤਲਬ ਜਿਹਨੂੰ ਕਹਿੰਦੇ ਆ ਕਿ ਪੀਕ 'ਤੇ ਸੀ ਸ਼ੋਰਟੇਜ ਐਂਡ ਦੇ ਵਾਂਟ ਟੂ ਰਨ ਦੇਅਰ ਇਕੋਨਮੀ ਸੋ ਜਿੰਨੇ ਵੀ ਸਟੂਡੈਂਟਸ ਕੈਨੇਡਾ 'ਚ ਸੀ ਉਹਨਾਂ ਸਾਰੀਆਂ ਸਟੂਡੈਂਟਸ ਨੂੰ ਆਈ ਟੀ ਏ ਦੇ ਦਿੱਤੇ ਗਏ ਆਈ ਟੀ ਏ ਮਤਲਬ ਇਨਵੀਟੇਸ਼ਨ ਦੇ ਦਿੱਤੇ ਗਏ ਟੂ ਸਬਮਿਟ ਦੇ ਡਾਕੂਮੈਂਟਸ ਐਂਡ ਗੈਟ ਪੀ ਆਰ ਸੋ ਜਿੰਨੇ ਸਟੂਡੈਂਟਸ ਕੈਨੇਡਾ 'ਚ ਸੀ ਹੁਣ ਮੈਂ ਉਹਨਾਂ ਨੂੰ ਵਾਸਤੇ ਥੋੜ੍ਹਾ ਜਿਹਾ ਵਿਸਤਾਰ 'ਚ ਦੱਸਣਾ ਚਾਹਾਂਗਾ ਕਾਫੀ ਸਾਰੇ ਇੱਦਾਂ ਦੇ ਸਟੂਡੈਂਟ ਸੀ ਜਿਨ੍ਹਾਂ ਨੇ ਇਨਵੀਟੇਸ਼ਨ ਲਈ ਅਪਲਾਈ ਨਹੀਂ ਕੀਤਾ ਹੋਇਆ ਸੀ ਅੱਛਾ ਸਾਡੇ ਕੈਨੇਡਾ ਆਫਿਸ 'ਚ ਵੀ ਫੋਨ ਆਉਂਦੇ ਸੀ ਸਾਡੇ ਇੰਡੀਆ ਆਫਿਸ 'ਚ ਵੀ ਫੋਨ ਆਉਂਦੇ ਸੀ ਬਟ ਕਾਫੀ ਸਾਰੇ ਸਟੂਡੈਂਟ ਸੀ ਜਿਨ੍ਹਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਕਿ ਇੰਨਾ ਲੋ ਸੀ ਆਰ ਐਸ ਸਕੋਰ ਚਲਾ ਜਾਏਗਾ ਓਨਲੀ 75 ਐਂਡ ਸੋ ਬਹੁਤ ਸਾਰੇ ਸਟੂਡੈਂਟਸ ਨੇ ਪੀ ਆਰ ਅਪਲਾਈ ਨਹੀਂ ਕੀਤੀ ਹੋਈ ਸੀ ਕੈਨੇਡਾ ਦੀ ਸੋ ਉਹਨਾਂ ਸਾਰੇ ਸਟੂਡੈਂਟਸ ਨੂੰ ਮੇਰੀ ਰਿਕੁਐਸਟ ਹੈ ਫਸਟ ਆਫ ਆਲ ਤਾਂ ਤੁਸੀਂ ਆਪਣੀ ਆਈਲੈਟਸ ਕਰਕੇ ਇਨਵੀਟੇਸ਼ਨ ਲਈ ਆਪਣੀ ਫਾਈਲ ਲਗਾ ਦਿਓ ਤਾਂ ਕਿ ਤੁਹਾਨੂੰ ਵੀ ਇਨਵੀਟੇਸ਼ਨ ਆ ਸਕੇ ਸੈਕਿੰਡਲੀ ਜਿਹੜੇ ਸਟੂਡੈਂਟਸ ਇੱਥੋਂ ਜਾ ਰਹੇ ਹੈ ਉਹਨਾਂ ਨੂੰ ਵੀ ਮੇਰੀ ਇਹੀ ਐਡਵਾਈਸ ਹੈ ਕਿ ਇੰਨਾ ਪੋਜ਼ਿਟਿਵ ਹੈ ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਕਿ ਉਹ ਚਾਹੁੰਦਾ ਹੈ ਕਿ ਸਟੂਡੈਂਟ ਜਿਹੜੇ ਉੱਥੇ ਪੜ੍ਹਨ ਆਉਣ ਉਹਨਾਂ ਸਾਰਿਆਂ ਨੂੰ ਪੀ ਆਰ ਦਿੱਤੀ ਜਾਵੇ ਸੋ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਕਾਲਜਿਸ ਨਾ ਚੇਂਜ ਕਰਿਆ ਕਰੋ ਆਪਣੀ ਪੜ੍ਹਾਈ 'ਤੇ ਜ਼ਿਆਦਾ ਧਿਆਨ ਦਿਆ ਕਰੋ ਕਿਉਂਕਿ ਜਿਹੜੀ ਤੁਸੀਂ ਐਜੂਕੇਸ਼ਨ ਕੈਨੇਡਾ ਜਾ ਕੇ ਗੇਨ ਕਰਦੇ ਹੋ ਉਸ ਐਜੂਕੇਸ਼ਨ 'ਤੇ ਤੁਹਾਨੂੰ ਪੁਆਇੰਟਸ ਮਿਲਦੇ ਨੇ ਸੋ ਹਰ ਕੋਈ ਵੀ ਐਜੂਕੇਸ਼ਨ ਸਰਟੀਫਿਕੇਟ ਡਿਪਲੋਮਾ ਡਿਗਰੀ ਐਡਵਾਂਸ ਡਿਪਲੋਮਾ ਪੋਸਟ ਗ੍ਰੈਜੂਏਟ ਡਿਪਲੋਮਾ ਹਰ ਐਜੂਕੇਸ਼ਨ ਦੇ ਕੈਨੇਡਾ 'ਚ ਤੁਹਾਨੂੰ ਪੁਆਇੰਟਸ ਮਿਲਦੇ ਨੇ ਸੋ ਪੁਆਇੰਟਸ ਮਿਲਦੇ ਆ ਦੈਟ ਵਿਲ ਕਾਊਂਟ ਟੂ ਵਰਡਸ ਯੋਰ ਸੀ ਆਰ ਐਸ ਸਕੋਰਸ ਪਰ ਸੀ ਆਰ ਐਸ ਸਕੋਰ ਇੰਨਾ ਲੋ ਚਲਾ ਗਿਆ ਸੋ ਸਟੂਡੈਂਟਸ ਇਟ ਇਜ਼ ਰੀਅਲੀ ਦ ਰਾਈਟ ਟਾਈਮ ਟੂ ਅਪਲਾਈ ਫਾਰ ਕੈਨੇਡੀਅਨ ਸਟੂਡੈਂਟ ਵੀਜ਼ਾ ਪਹਿਲਾਂ ਸਟੂਡੈਂਟਸ ਕੋਸ਼ਿਸ਼ ਕਰਦੇ ਸੀ ਕਿ ਮੈਂ ਮੈਨੀਟੋਬਾ ਚਲੇ ਜਾਵਾਂ ਮੈਂ ਕਿਤੇ ਹੋਰ ਚਲੇ ਜਾਵਾਂ ਸੋ ਉਸ ਚੀਜ਼ ਨੂੰ ਵੀ ਕੈਨੇਡਾ ਸਰਕਾਰ ਨੇ ਥੋੜ੍ਹਾ ਜਿਹਾ ਚੇਂਜ ਕਰਤਾ ਕਿਉਂਕਿ ਹੁਣ ਜਿੰਨੀਆਂ ਵੀ ਫਾਈਲਾਂ ਪੈਂਡਿੰਗ ਸੀ ਉਹਨਾਂ ਸਾਰਿਆਂ ਨੂੰ ਪੀ ਆਰ ਦੇ ਦਿੱਤੀ ਗਈ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ 2 ਤੋਂ 3 ਸਾਲ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕੈਨੇਡਾ ਪਹੁੰਚਣਗੇ ਉਹਨਾਂ ਵਾਸਤੇ ਬਹੁਤ ਸੌਖਾ ਹੋ ਜਾਏਗਾ ਪੀ ਆਰ ਲੈਣਾ ਡੈਫੀਨੇਟਲੀ ਇੱਕ ਬਹੁਤ ਹੀ ਪੋਜ਼ਿਟਿਵ ਜਿਹੀ ਇਨਫੋਰਮੇਸ਼ਨ ਤੁਸੀਂ ਸਾਨੂੰ ਦਿੱਤੀ ਹੈ ਜਿਹੜੇ ਸਟੂਡੈਂਟਸ ਹਲੇ ਵੀ ਵੇਟ ਕਰ ਰਹੇ ਨੇ ਕਿ ਆਪਾਂ ਬਾਹਰ ਜਾ ਕੇ ਪੜ੍ਹਨਾ ਹੈ ਥੋੜ੍ਹੇ ਟਾਈਮ ਬਾਅਦ ਆਪਾਂ ਅਪਲਾਈ ਕਰ ਦਾਂਗੇ ਆਪਣਾ ਗੈਪ ਨਾ ਵਧਾਓ ਇਹੀ ਰਾਈਟ ਟਾਈਮ ਹੈਗਾ ਅਪਲਾਈ ਕਰਨ ਦਾ ਇਹੀ ਰਾਈਟ ਟਾਈਮ ਹੈਗਾ ਹੈ ਲੈਂਡਮਾਰਕ ਇਮੀਗ੍ਰੇਸ਼ਨ 'ਤੇ ਇੱਥੇ ਆ ਕੇ ਵਿਜ਼ਿਟ ਕਰਨ ਦਾ ਕਿਉਂਕਿ ਕਈ ਚੀਜ਼ਾਂ ਇੱਦਾਂ ਹੁੰਦੀਆਂ ਆਪਾਂ ਸ਼ੋਅ 'ਤੇ ਸੁਣ ਕੇ ਸਾਡੇ ਦਿਲ ਦੇ ਵਿੱਚ ਸਵਾਲ ਆਉਂਦੇ ਨੇ ਸੋ ਇਹ ਸਵਾਲ ਕਲੀਅਰ ਕਰਨ ਦੇ ਲਈ ਤੁਹਾਡੇ ਟੀ ਵੀ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰ ਜ਼ਰੂਰ ਨੋਟ ਕਰੋ ਉਹਨਾਂ ਨੰਬਰ 'ਤੇ ਤੁਸੀਂ ਕੋਂਟੈਕਟ ਕਰ ਸਕਦੇ ਹੋ ਇਹਨਾਂ ਦੇ ਐਡਰੈਸਿਸ 'ਤੇ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਪਰਸਨਲੀ ਇਹਨਾਂ ਦਾ ਸਟਾਫ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਗਾਈਡ ਕਰਦਾ ਔਰ ਇੱਕ ਐਕਸਪੀਰੀਅੰਸ ਸਟਾਫ ਹੈਗਾ ਜਿਹੜੇ ਕਿ ਸਿੱਧੇ ਹੋਰ ਸਾਫ਼ ਸ਼ਬਦਾਂ ਵਿੱਚ ਤੁਹਾਨੂੰ ਕਲੀਅਰਲੀ ਦੱਸਦੇ ਨੇ ਕਿ ਕੀ ਸਨੈਰੀਓ ਹੈਗਾ ਤੁਸੀਂ ਕਿੱਦਾਂ ਆਪਣੀ ਪ੍ਰੋਫਾਈਲ ਅਸੈਸ ਕਰਵਾ ਸਕਦੇ ਹੋ ਸਰ ਇੱਕ ਗੱਲ ਦੱਸੋ ਤੁਸੀਂ ਕਿਹਾ ਕਾਲਜ ਨਾ ਚੇਂਜ ਕਰਿਆ ਕਰੋ ਇਹਦੇ ਪਿੱਛੇ ਕੋਈ ਖਾਸ ਰੀਜ਼ਨ ਕਿਉਂਕਿ ਬੜੇ ਸਾਰੇ ਬੱਚੇ ਇੱਦਾਂ ਦੇ ਵੀ ਹੁੰਦੇ ਨੇ ਉਹ ਇੱਥੋਂ ਜਾਂਦੇ ਨੇ ਪਹਿਲਾਂ ਕਾਲਜ ਪ੍ਰਾਈਵੇਟ ਕਾਲਜ 'ਚ ਲੈ ਲੈਂਦੇ ਨੇ ਫਿਰ ਸੋਚਦੇ ਨੇ ਸੈਕਿੰਡ ਈਅਰ 'ਚ ਜਾ ਕੇ ਆਪਾਂ ਗਵਰਨਮੈਂਟ ਕਾਲਜ 'ਚ ਸ਼ਿਫਟ ਕਰ ਲੈਂਦੇ ਹਾਂ ਸੋ ਕੀ ਡਿਫਰੈਂਸ ਹੈਗਾ ਸੀ ਪਹਿਲੀ ਗੱਲ ਤਾਂ ਮੈਂ ਕਿਸੇ ਵੀ ਸਟੂਡੈਂਟ ਨੂੰ ਪ੍ਰਾਈਵੇਟ ਕਾਲਜ ਐਡਵਾਈਜ਼ ਹੀ ਨਹੀਂ ਕਰਦਾ
ਸੋ ਮੈਂ ਸਾਰੇ ਸਟੂਡੈਂਟਸ ਨੂੰ ਐਡਵਾਈਸ ਕਰਦਾ ਕਿ ਤੁਸੀਂ ਗਵਰਨਮੈਂਟ ਕਾਲਜ 'ਚ ਐਡਮਿਸ਼ਨ ਲਓ ਸੋ ਜੇ ਕਾਲਜ ਜੇ ਸਟੂਡੈਂਟ ਆਪੇ ਕਹਿੰਦਾ ਕਿ ਮੈਂ ਇਸ ਕਾਲਜ 'ਚ ਜਾਣਾ ਚਾਹੁੰਦਾ ਦੈਨ ਓਨਲੀ ਵੀ ਗਾਈਡ ਦੈਟ ਆਪਸ਼ਨਸ ਟੂ ਦ ਸਟੂਡੈਂਟ ਫਸਟ ਆਫ ਆਲ ਪ੍ਰਾਈਵੇਟ ਕਾਲਜ 'ਚ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਸੈਕਿੰਡ ਆਫ ਆਲ ਮੈਂ ਗੱਲ ਕਰਾਂ ਕਿ ਜਦੋਂ ਸਟੂਡੈਂਟਸ ਕੁਛ ਸਰਕਾਰੀ ਕਾਲਜਿਸ 'ਚ ਵੀ ਜਾ ਕੇ ਆਪਣੇ ਕਾਲਜਿਸ ਚੇਂਜ ਕਰ ਲੈਂਦੇ ਆ ਕਿਉਂਕਿ ਕਈ ਵਾਰੀ ਹੁੰਦਾ ਉਹਨਾਂ ਨੂੰ ਲੋਕੇਸ਼ਨ ਦਾ ਕਿ ਮੈਂ ਇਸ ਲੋਕੇਸ਼ਨ 'ਤੇ ਆ ਗਿਆ ਔਰ ਦੂਜੀ ਲੋਕੇਸ਼ਨ ਚੰਗੀ ਹੈ ਮੈਂ ਉੱਥੇ ਜਾਣਾ ਚਾਹੁੰਦਾ ਦੂਜੇ ਥਾਂ 'ਤੇ ਮੇਰੇ ਫਰੈਂਡਸ ਹੈ ਮੈਂ ਉੱਥੇ ਮੂਵ ਆਊਟ ਕਰਨਾ ਚਾਹੁੰਦਾ ਸੋ ਇੱਦਾਂ ਦੇ ਸਟੂਡੈਂਟਸ ਨੂੰ ਕੱਲ੍ਹ ਨੂੰ ਪੀ ਆਰ ਲੈਣ 'ਚ ਪ੍ਰੋਬਲਮ ਆ ਸਕਦੀ ਹੈ ਜਦੋਂ ਤੁਸੀਂ ਕੋਈ ਕਾਲਜ ਦੀ ਮੂਵਮੈਂਟ ਕਰਦੇ ਹੋ ਔਰ ਨੋਰਮਲੀ ਦੇਖਣ ਨੂੰ ਇੱਦਾਂ ਮਿਲਦਾ ਜਦੋਂ ਅਸੀਂ ਕਾਲਜ ਚੇਂਜ ਕਰਦੇ ਹਾਂ ਤਾਂ ਅਸੀਂ ਐਜੂਕੇਸ਼ਨ ਵੀ ਚੰਗੀ ਤਰ੍ਹਾਂ ਨਹੀਂ ਕਰਦੇ ਨੋਰਮਲੀ ਅਸੀਂ ਫਸਟ ਸਮੈਸਟਰ 'ਚ ਕਾਫੀ ਸਾਰੇ ਸਟੂਡੈਂਟ ਇੱਦਾਂ ਦੇ ਹੁੰਦੇ ਆ ਜਿਹੜੇ ਫੇਲ ਹੋ ਜਾਂਦੇ ਆ ਔਰ ਉਹਨਾਂ ਨੂੰ ਸੈਕਿੰਡ ਸਮੈਸਟਰ ਦੀ ਦੁਬਾਰਾ ਫੀਸ ਭਰਨੀ ਪੈਂਦੀ ਹੈ ਔਰ ਦੁਬਾਰਾ ਪੜ੍ਹਾਈ ਕਰਨੀ ਪੈਂਦੀ ਹੈ ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਜਿਹੜਾ ਮੋਟੋ ਹੈ ਆਪਣਾ ਕੈਨੇਡਾ ਜਾਣ ਦਾ ਉਹ ਸੈਟਲਮੈਂਟ ਤਾਂ ਹੈਗਾ ਹੀ ਹੈ ਪਰ ਉਹ ਸੈਟਲਮੈਂਟ ਤਾਂ ਹੋਏਗੀ ਜੇ ਤੁਸੀਂ ਸਟੱਡੀ ਵੀਜ਼ਾ ਦੇ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰੋਗੇ ਤੁਸੀਂ ਅੱਛੀ ਪੜ੍ਹਾਈ ਕਰੋਗੇ ਤੁਸੀਂ ਪਾਰਟ ਟਾਈਮ ਵਰਕ ਜਿੰਨਾ ਤੁਹਾਨੂੰ ਦੱਸਿਆ ਗਿਆ ਹੈ ਉਨਾ ਹੀ ਕਰੋਗੇ ਐਂਡ ਤੁਸੀਂ ਪੜ੍ਹਾਈ 'ਚ ਚੰਗੇ ਨੰਬਰ ਲਓਗੇ ਤਾਂ ਅੱਛੀ ਜੋਬ ਮਿਲੇਗੀ ਜਦੋਂ ਅੱਛੀ ਜੋਬ ਮਿਲੇਗੀ ਤਾਂ ਹੀ ਪੀ ਆਰ ਲੈਣੀ ਆਸਾਨ ਹੋਏਗੀ ਸੋ ਬਟ ਫਿਰ ਵੀ ਇਸ ਟਾਈਮ 'ਤੇ ਇੰਨੀ ਆਸਾਨ ਹੋ ਗਈ ਪੀ ਆਰ ਲੈਣੀ ਜਿਹੜੇ ਸਟੂਡੈਂਟਸ ਨੇ ਕੈਨੇਡਾ ਵਿੱਚ ਪੀ ਆਰ ਅਪਲਾਈ ਕੀਤੀ ਸੀ ਹਿਸਟੋਰੀਕਲ ਚੇਂਜ ਹੈਗਾ ਕੈਨੇਡਾ ਦੇ ਪੀ ਆਰ ਰੂਲਸ 'ਚ ਮੈਨੂੰ ਲੱਗਦਾ ਕਿ ਜਿਹੜੇ ਕੈਨੇਡਾ ਲਈ ਹੁਣ ਇੱਥੋਂ ਵੀ ਪੀ ਆਰ ਅਪਲਾਈ ਕਰਨਾ ਚਾਹੁੰਦੇ ਹੈ ਉਹਨਾਂ ਸਾਰਿਆਂ ਵਾਸਤੇ ਵੀ ਪੀ ਆਰ ਲੈਣੀ ਕਿਤੇ ਨਾ ਕਿਤੇ ਆਸਾਨ ਹੋ ਜਾਏਗੀ ਡੈਫੀਨੇਟਲੀ ਅਤੇ ਇਹਨਾਂ ਦੇ ਨੰਬਰ ਨੋਟ ਕਰਨਾ ਨਾ ਭੁੱਲਿਓ ਕਿਉਂਕਿ ਇਹ ਸ਼ੋਅ ਖਤਮ ਹੋਣ ਤੋਂ ਬਾਅਦ ਜਦ ਤੁਸੀਂ ਇਹਨਾਂ ਨਾਲ ਪਰਸਨਲੀ ਗੱਲਬਾਤ ਕਰਨੀ ਹੋਵੇ ਇਹ ਨੰਬਰਸ 'ਤੇ ਤੁਸੀਂ ਕਰ ਸਕਦੇ ਹੈਗੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਆਪਣੇ ਆਪ ਦੇ ਵਿੱਚ ਇੱਕ ਇੰਨਾ ਵੱਡਾ ਬ੍ਰਾਂਡ ਬਣ ਚੁੱਕਿਆ ਹੈਗਾ ਕਈ ਹਜ਼ਾਰਾਂ ਬੱਚੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਥੋਂ ਦੀ ਗਏ ਨੇ ਬਾਹਰ ਆਪਣੀ ਲਾਈਫ ਬਣਾ ਚੁੱਕੇ ਨੇ ਪੀ ਆਰ ਮਿਲ ਚੁੱਕੀ ਹੈਗੀ ਹੈ ਬਟ ਜੇ ਤੁਸੀਂ ਹਾਲੇ ਵੀ ਸੋਚ ਰਹੇ ਹੋ ਕਿ ਆਪਾਂ ਵੇਟ ਕਰ ਲੈਂਦੇ ਹਾਂ ਥੋੜ੍ਹਾ ਜਿਹਾ ਟਾਈਮ ਹੋਰ ਤਾਂ ਹੋ ਸਕਦਾ ਹੈ ਕਿ ਵੇਟ ਲੰਬੀ ਹੋ ਜਾਏ ਕਿਉਂਕਿ ਹੁਣੇ ਬੈਨੀਫਿਟਸ ਤੁਹਾਨੂੰ ਜ਼ਿਆਦਾ ਹੈਗੇ ਨੇ ਸਰ ਜੇ ਮੈਂ ਬੈਨੀਫਿਟਸ ਦੀ ਗੱਲ ਕਰਾਂ ਜੇ ਕਿਸੇ ਬੱਚੇ ਦੀ ਲਾਈਕ ਸਪੋਜ਼ ਇੰਗਲਿਸ਼ ਅੱਛੀ ਹੈਗੀ ਆ ਆਲਰੇਡੀ ਅਤੇ ਉਹ ਉਹਦੇ ਕੋਲ ਕੀ ਆਪਸ਼ਨਸ ਹੈਗੇ ਨੇ ਸੀ ਫਸਟ ਆਫ ਆਲ ਤਾਂ ਜੇ ਐਲੀਜੀਬਿਲਿਟੀ ਕ੍ਰਾਈਟੀਰੀਆ ਦੀ ਅਸੀਂ ਗੱਲ ਕਰੀਏ ਤਾਂ ਪਲੱਸ ਟੂ ਪਾਸ ਸਟੂਡੈਂਟ ਓਵਰਆਲ 6 ਬੈਂਡ ਦੇ ਨਾਲ ਡਿਪਲੋਮਾ ਕਰਨ ਜਾ ਸਕਦਾ ਐਡਵਾਂਸ ਡਿਪਲੋਮਾ ਕਰਨ ਜਾ ਸਕਦਾ ਬੈਚਲਰ ਡਿਗਰੀ ਕਰਨ ਜਾ ਸਕਦਾ ਜੇ ਤੁਸੀਂ ਗ੍ਰੈਜੂਏਟ ਹੋ ਤਾਂ ਤੁਸੀਂ ਪੋਸਟ ਗ੍ਰੈਜੂਏਟ ਡਿਪਲੋਮਾ ਕਰਨ ਜਾ ਸਕਦੇ ਹੋ ਤੁਸੀਂ ਪੋਸਟ ਗ੍ਰੈਜੂਏਟ ਸਰਟੀਫਿਕੇਟ ਕਰਨ ਜਾ ਸਕਦੇ ਹੋ ਤੁਸੀਂ MBA ਕਰਨ ਜਾ ਸਕਦੇ ਹੋ ਔਰ ਤੁਸੀਂ ਮਾਸਟਰਸ ਕਰਨ ਜਾ ਸਕਦੇ ਹੋ ਬਟ ਨੋਰਮਲੀ ਪੋਸਟ ਗ੍ਰੈਜੂਏਟ ਡਿਪਲੋਮਾਸ ਆਰ ਆਲਸੋ ਅਵੇਲੇਬਲ ਵਿਦ ਓਵਰਆਲ 6 ਬੈਂਡ ਜਿਵੇਂ ਕਿ ਸੇਂਟ ਕਲੇਅਰ ਕਾਲਜ ਸੂ ਕਾਲਜ ਔਰ ਕੁਛ ਆਪਸ਼ਨਸ ਹੋਰ ਵੀ ਹੈਗੀਆਂ ਜਿੱਥੇ ਤੁਸੀਂ ਓਵਰਆਲ 6 ਬੈਂਡ ਦੇ ਨਾਲ ਆਪਣਾ ਸਟੂਡੈਂਟ ਵੀਜ਼ਾ ਫੋਰ ਪੋਸਟ ਗ੍ਰੈਜੂਏਟ ਡਿਪਲੋਮਾ ਅਪਲਾਈ ਕਰ ਸਕਦੇ ਹੋ ਨੋਰਮਲੀ MBA ਜਾਂ ਫਿਰ ਕੀ ਕਹਿੰਦੇ ਆ ਮਾਸਟਰਸ ਲਈ ਤੁਹਾਨੂੰ 6.5 ਬੈਂਡ ਨੋ ਬੈਂਡ ਲੈਸ ਦੈਨ 6 ਚਾਹੀਦੇ ਨੇ ਕੁਛ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ 7 ਈਚ ਵੀ ਹੈਗੀ ਹੈ ਔਰ ਜੇ ਅਸੀਂ ਪਲੱਸ ਟੂ ਦੀ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਓਵਰਆਲ 6 ਬੈਂਡ ਦੇ ਨਾਲ ਉਹ ਡਿਪਲੋਮਾ ਲਈ ਅਪਲਾਈ ਕਰ ਸਕਦੇ ਹੈ ਬਟ ਜੇ ਬੈਚਲਰ ਡਿਗਰੀ ਲਈ ਅਪਲਾਈ ਕਰਨਾ ਹੋਏ ਤਾਂ 6.5 ਬੈਂਡ ਨੋ ਬੈਂਡ ਲੈਸ ਦੈਨ 6 ਦੇ ਨਾਲ ਹੀ ਤੁਸੀਂ ਬੈਚਲਰ ਡਿਗਰੀ ਅਪਲਾਈ ਕਰ ਸਕਦੇ ਹੋ ਬਟ ਜੇ ਬੈਂਡਸ ਘੱਟ ਹੈ ਤਾਂ ESL ਦੇ ਨਾਲ ਤੁਸੀਂ ਬੈਚਲਰ ਡਿਗਰੀ ਅਪਲਾਈ ਕਰ ਸਕਦੇ ਹੋ ਸੋ ਸਟੂਡੈਂਟਸ ਇੰਗਲਿਸ਼ ਚੰਗੀ ਹੈ ਤਾਂ ਬਹੁਤ ਵਧੀਆ ਗੱਲ ਹੈ ਜੇ ਸਪੋਜ਼ ਤੁਹਾਡੇ ਹਾਇਰ ਬੈਂਡਸ ਹੈ 7 ਹੈ 8 ਹੈ ਸੋ ਕੱਲ੍ਹ ਨੂੰ ਉੱਥੇ ਤੁਹਾਨੂੰ ਜੋਬ ਮਿਲਣੀ ਆਸਾਨ ਹੋ ਜਾਏਗੀ ਕੱਲ੍ਹ ਨੂੰ ਅੱਛੀ ਜੋਬ ਮਿਲ ਪਾਏਗੀ ਜੇ ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਚੰਗੀਆਂ ਇੰਗਲਿਸ਼ ਚੰਗੀ ਹੈ ਤਾਂ ਤੁਹਾਡੀ ਜੋਬ ਮਿਲਣੀ ਕਾਫੀ ਆਸਾਨ ਹੋ ਜਾਏਗੀ ਸੋ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਸਪੋਜ਼ ਤੁਹਾਡੀ ਐਕਟਿਵ ਹੋ ਤੁਹਾਨੂੰ ਫ੍ਰੈਂਚ ਵੀ ਤੁਸੀਂ ਸਿੱਖ ਲਈ ਹੈ ਤਾਂ ਤੁਹਾਨੂੰ ਹੋਰ ਵੀ ਆਪਸ਼ਨਸ ਅੱਛੀਆਂ ਮਿਲ ਸਕਦੀਆਂ ਸਪੋਜ਼ ਤੁਸੀਂ ਇੱਥੋਂ ਕੋਈ ਕੋਰਸ ਕੀਤਾ ਸਪੋਜ਼ ਤੁਸੀਂ ਕਲਨਰੀ ਮੈਨੇਜਮੈਂਟ ਕਰਨ ਜਾ ਰਹੇ ਹੋ ਔਰ ਇੱਥੇ ਵੀ ਤੁਸੀਂ ਕੋਈ ਕੁਕਿੰਗ ਦਾ ਕੋਰਸ ਕੀਤਾ ਸੋ ਉੱਥੇ ਜਾ ਕੇ ਵੀ ਅੱਛੀ ਜੋਬ ਮਿਲਣੀ ਆਸਾਨ ਹੋ ਜਾਏਗੀ ਸੋ ਅੱਜ ਅਸੀਂ ਕੋਵਿਡ ਦੇ ਦੌਰਾਨ 'ਚ ਕਾਫੀ ਸਾਰੇ ਸਟੂਡੈਂਟਸ ਇੱਦਾਂ ਦੇ ਆ ਜਿਹੜੇ ਔਨਲਾਈਨ ਕਲਾਸਿਸ ਲਗਾ ਰਹੇ ਨੇ ਸੋ ਜੇ ਤੁਸੀਂ ਔਨਲਾਈਨ ਕਲਾਸਿਸ ਲਗਾ ਰਹੇ ਹੋ ਉਹ ਤਾਂ ਬਹੁਤ ਹੀ ਵਧੀਆ ਗੱਲ ਹੈਗੀ ਹੈ ਬਹੁਤ ਮੇਜਰ ਚੇਂਜ ਲਿਆ ਦਿੱਤਾ ਗਿਆ ਕੁਛ ਹੀ ਦਿਨਾਂ ਪਹਿਲਾਂ ਕਿ ਕੋਈ ਵੀ ਸਟੂਡੈਂਟ ਭਾਵੇਂ ਆਪਣੀ ਪੂਰੀ ਸਟੱਡੀਜ਼ ਔਨਲਾਈਨ ਇੰਡੀਆ 'ਚ ਰਹਿ ਕੇ ਕਰ ਲਏਗਾ ਤਾਂ ਵੀ ਉਹਨੂੰ ਪੂਰਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤਾ ਜਾਏਗਾ ਸੋ ਇਹ ਉਹਨਾਂ ਸਟੂਡੈਂਟਸ 'ਤੇ ਵੀ ਲਾਗੂ ਹੁੰਦਾ ਜਿਹੜੇ ਕੈਨੇਡਾ ਟਰੈਵਲ ਕਰ ਰਹੇ ਹਾਂ ਕਿਉਂਕਿ ਉੱਥੇ ਵੀ ਔਨਲਾਈਨ ਸਟੱਡੀਜ਼ ਚੱਲ ਰਹੀਆਂ ਔਰ ਉਹਨਾਂ ਸਟੂਡੈਂਟਸ 'ਤੇ ਵੀ ਲਾਗੂ ਹੁੰਦਾ ਜਿਹੜੇ ਇੱਥੇ ਰਹਿ ਕੇ ਵੀ ਆਪਣੀਆਂ ਔਨਲਾਈਨ ਸਟੱਡੀਜ਼ ਕਰ ਰਹੇ ਨੇ ਸਪੋਜ਼ ਤੁਸੀਂ 1 ਸਾਲ ਦਾ ਕੋਰਸ ਸੀ ਔਰ 1 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ 1 ਸਾਲ ਦੇ ਕੋਰਸ ਤੋਂ ਜਦੋਂ ਤੁਹਾਡਾ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ 1 ਸਾਲ ਦਾ ਵਰਕ ਪਰਮਿਟ ਕੈਨੇਡਾ 'ਚ ਜਾ ਕੇ ਆਪਣਾ ਕਰ ਸਕਦੇ ਹੋ ਸਪੋਜ਼ ਤੁਹਾਡਾ 2 ਸਾਲ ਦਾ ਕੋਰਸ ਸੀ ਔਰ ਤੁਸੀਂ 2 ਸਾਲ ਦੀ ਔਨਲਾਈਨ ਸਟੱਡੀਜ਼ ਇੰਡੀਆ 'ਚ ਹੀ ਖਤਮ ਕਰ ਲੈਂਦੇ ਹੋ 31 ਦਸੰਬਰ 2020 ਤੋਂ ਪਹਿਲਾਂ
ਤਾਂ ਤੁਸੀਂ 3 ਸਾਲ ਦਾ ਵਰਕ ਪਰਮਿਟ 'ਤੇ ਕੈਨੇਡਾ ਜਾ ਸਕਦੇ ਹੋ। ਸੋ ਮੈਨੂੰ ਲੱਗਦਾ ਕਿ ਇੰਨੇ ਜ਼ਿਆਦਾ ਚੇਂਜਿਸ, ਇੰਨੇ ਜ਼ਿਆਦਾ ਇੰਪਰੂਵਮੈਂਟਸ, ਇੰਨੀ ਜ਼ਿਆਦਾ ਹੈਲਪ ਸਟੂਡੈਂਟਸ ਨੂੰ ਕੋਈ ਵੀ ਕੰਟਰੀ ਅੱਜ ਦੀ ਡੇਟ 'ਚ ਨਹੀਂ ਪ੍ਰੋਵਾਈਡ ਕਰ ਰਿਹਾ। ਬਿਲਕੁਲ, ਐਬਸੋਲੂਟਲੀ, ਬੜੀ ਚੰਗੀ ਚੰਗੀ ਗੱਲਾਂ ਹੋਰ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਾ ਰਹੇ ਨੇ, ਹੋਰ ਖਾਸ ਤੁਹਾਡੇ ਲਈ ਅੱਜ ਆਪਣਾ ਟਾਈਮ ਕੱਢ ਕੇ ਆਏ ਨੇ। ਸੋ ਇਹਨਾਂ ਦੀ ਗੱਲਾਂ ਐਂਡ ਤੱਕ ਤੁਸੀਂ ਜ਼ਰੂਰ ਸੁਣਿਓ, ਕਿਉਂਕਿ ਯੂ ਨੈਵਰ ਨੋ ਕਿ ਕਿਹੜੀ ਗੱਲ ਜਾਂ ਕਿਹੜੀ ਇਨਫੋਰਮੇਸ਼ਨ ਤੁਹਾਡੇ ਫਾਇਦੇ ਦੀ ਹੈਗੀ ਆ। ਸਰ, ਮਤਲਬ ਤੁਸੀਂ ਜਿੱਦਾਂ ਕਿ ਤੁਹਾਡੀ ਗੱਲਾਂ ਤੋਂ ਇਹ ਸਾਨੂੰ ਲੱਗਦਾ ਕਿ ਜਿੰਨਾ ਕੁ ਸਟੂਡੈਂਟ ਆਪਣੇ ਆਪ ਨੂੰ ਆਪਣੀ ਲਾਈਫ ਨੂੰ ਲੈ ਕੇ ਡੈਡੀਕੇਟਡ ਰਹੇਗਾ, ਉਹ ਤਾਂ ਹੀ ਫਾਇਦਾ ਚੱਕ ਸਕਦਾ ਹੈਗਾ ਹੈ। ਜੇ ਉਹ ਸੋਚੇ ਕਿ ਨਹੀਂ, ਮੈਂ ਇੱਥੋਂ ਪੜ੍ਹਨ ਜਾ ਰਿਹਾ ਹੈਗਾ, ਉੱਥੇ ਜਾ ਕੇ ਮੈਂ ਸਟੱਡੀ ਛੱਡਦਾ, ਹੋਰ ਮੈਂ ਸਿਰਫ ਜੋਬ ਕਰਨ ਲੱਗ ਜਾਵਾਂ, ਉਸ ਕੇਸ 'ਚ ਉਹਨੂੰ ਕੋਈ ਲੋਸ ਹੋਣ ਵਾਲਾ? ਉਸ ਕੇਸ 'ਚ ਉਹਨੂੰ ਉੱਥੋਂ ਉਹਦਾ ਸਟੇਟਸ ਇਲੀਗਲ ਹੋ ਜਾਏਗਾ ਜਦੋਂ ਸਟੱਡੀ ਛੱਡ ਦੇਗਾ, ਉਹਦਾ ਸਟੇਟਸ ਇਲੀਗਲ ਹੋ ਜਾਏਗਾ ਔਰ ਕਿਤੇ ਨਾ ਕਿਤੇ ਉਹਨੂੰ ਇੰਡੀਆ ਡਿਪੋਰਟ ਕਰ ਦਿੱਤਾ ਜਾਏਗਾ। ਸੋ ਕਾਫੀ ਸਾਰੇ ਸਟੂਡੈਂਟਸ ਇੱਦਾਂ ਦੀਆਂ ਗਲਤੀਆਂ ਵੀ ਕਰ ਬੈਠਦੇ ਆ, ਉੱਥੇ ਜਾ ਕੇ ਆਪਣੀ ਪੜ੍ਹਾਈ ਛੱਡਦੇ ਆ। ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ, ਰਾਦਰ ਦੈਨ ਲੀਵਿੰਗ ਯੋਰ ਸਟੱਡੀਜ਼, ਫਾਈਂਡ ਈਜ਼ੀ ਕੋਰਸ। ਸਪੋਜ਼ ਤੁਸੀਂ, ਕਾਫੀ ਸਾਰੇ ਸਟੂਡੈਂਟਸ ਮੈਨੂੰ ਕੈਨੇਡਾ 'ਚ ਵੀ ਮਿਲਦੇ ਆ ਜਦੋਂ ਮੈਂ ਟਰੈਵਲ ਕਰਦਾ। ਸੋ ਕਈ ਵਾਰੀ ਸਟੂਡੈਂਟ ਮੋਟਿਵ ਪਾਵਰ ਟੈਕਨੀਸ਼ੀਅਨ 'ਚ ਗਿਆ, ਸਿਵਲ ਇੰਜੀਨੀਅਰਿੰਗ 'ਚ ਗਿਆ, ਕੰਪਿਊਟਰ ਸਿਸਟਮ ਟੈਕਨੀਸ਼ੀਅਨ 'ਚ ਗਿਆ, ਇੱਥੋਂ ਸਾਨੂੰ ਸੁਣਨ ਨੂੰ ਬੜੇ ਚੰਗੇ ਲੱਗਦੇ ਆ ਕੋਰਸ। ਜਦੋਂ ਅਸੀਂ ਉੱਥੇ ਪੜ੍ਹਨਾ ਸ਼ੁਰੂ ਕਰਦੇ ਹਾਂ, ਸਾਨੂੰ ਲੱਗਦਾ ਕਿ ਇਹ ਕੋਰਸ ਇਜ਼ ਨੋਟ ਮਾਈ ਕੱਪ ਆਫ ਟੀ, ਲਾਈਕ ਇਹ ਕੋਰਸ ਮੈਂ ਨਹੀਂ ਕਰ ਸਕਦਾ। ਸੋ ਸਟੂਡੈਂਟਸ, ਉੱਥੇ ਕਾਫੀ ਸਾਰੇ ਸਟੂਡੈਂਟਸ ਨੂੰ ਮੈਂ ਐਡਵਾਈਸ ਕੀਤੀ, ਸਪੋਜ਼ ਤੁਸੀਂ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਲਈ ਆਏ ਸੀ, ਟੇਕ ਐਨ ਈਜ਼ੀ ਕੋਰਸ, ਜਿਵੇਂ ਕਿ ਕੀ ਕਹਿੰਦੇ, ਪ੍ਰੋਟੈਕਸ਼ਨ ਸਿਕਿਉਰਿਟੀ ਇਨਵੈਸਟੀਗੇਸ਼ਨ, ਕਲਨਰੀ ਮੈਨੇਜਮੈਂਟ, ਟੂਰਿਜ਼ਮ ਮੈਨੇਜਮੈਂਟ, ਐਡਵੈਂਚਰ ਟੂਰਿਜ਼ਮ। ਸੋ ਬਹੁਤ ਈਜ਼ੀ ਕੋਰਸਿਸ ਵੀ ਅਵੇਲੇਬਲ ਹੈਗੇ ਆ ਕੈਨੇਡਾ ਵਿੱਚ। ਸਪੋਜ਼ ਤੁਸੀਂ ਇੱਥੋਂ ਕੋਈ ਵੀ ਇੱਦਾਂ ਦਾ ਕੋਰਸ ਲੈ ਕੇ ਚਲੇ ਜਾਂਦੇ ਹੋ ਐਂਡ ਯੂ ਆਰ ਨੋਟ ਏਬਲ ਟੂ ਹੈਂਡਲ ਦ ਪ੍ਰੈਸ਼ਰ ਆਫ ਦ ਸਟੱਡੀ ਐਂਡ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਈਜ਼ੀ ਕੋਰਸ ਲੈਣਾ ਚਾਹੀਦਾ, ਸੋ ਤੁਸੀਂ ਆਪਣੇ ਇੰਟਰਨੈਸ਼ਨਲ ਸਟੂਡੈਂਟ 'ਚ ਜਾਓ, ਉੱਥੇ ਕਾਊਂਸਲਰ ਨਾਲ ਗੱਲ ਕਰੋ ਕਾਲਜ ਦੇ, ਉਹ ਤੁਹਾਨੂੰ ਗਾਈਡ ਕਰਨਗੇ ਸੀ ਯੂ ਆਰ ਨੋਟ ਏਬਲ ਟੂ ਹੈਂਡਲ ਦਿਸ ਐਂਡ ਯੂ ਕੈਨ ਟੇਕ ਅਨਦਰ ਕੋਰਸ। ਸੋ ਇੱਦਾਂ ਦੇ ਬਹੁਤ ਸਾਰੇ ਸਟੂਡੈਂਟਸ ਹੈਗੇ ਆ ਜਿਹੜੇ ਉਹ ਚੇਂਜਿਸ ਲਿਆਉਂਦੇ ਆ। ਕਈ ਵਾਰ ਪਹਿਲੇ ਸਮੈਸਟਰ 'ਚ ਜਦੋਂ ਉਹਨਾਂ ਨੂੰ ਔਖ ਦਾ ਸਾਹਮਣਾ ਕਰਨਾ ਪੈਂਦਾ, ਸੋ ਨੈਕਸਟ ਸਮੈਸਟਰ ਤੋਂ ਸੈਕਿੰਡ ਕੋਰਸ ਲੈ ਲੈਂਦੇ ਆ। ਸੋ ਦੈਟ ਇਜ਼ ਐਨ ਈਜ਼ੀ ਆਪਸ਼ਨ ਕਿ ਸਟੂਡੈਂਟਸ ਆਪਣਾ ਕੋਰਸ ਚੇਂਜ ਕਰ ਸਕਦੇ ਆ। ਆਪਣੀ ਪੜ੍ਹਾਈ ਛੱਡ ਕੇ ਤੁਹਾਨੂੰ ਨੁਕਸਾਨ ਹੋਏਗਾ, ਸਟੂਡੈਂਟ ਵੀਜ਼ਾ ਤਾਂ ਗਏ ਉਹ ਪੜ੍ਹਨਾ ਅਸੈਂਸ਼ੀਅਲ ਹੈ, ਜੇ ਆਪਣਾ ਪੜ੍ਹਾਈ ਛੱਡਤੀ ਯੋਰ ਸਟੇਟਸ ਵਿਲ ਬੀ ਇਲੀਗਲ ਇਨ ਕੈਨੇਡਾ। ਰਾਈਟ, ਸੋ ਇਹ ਕੁਛ ਚੀਜ਼ਾਂ ਹੈਗੀਆਂ ਜਿਹਨਾਂ ਦਾ ਤੁਸੀਂ ਖਿਆਲ ਰੱਖਣਾ, ਜੋ ਕੰਮ ਆਪਾਂ ਕਰਨ ਜਾ ਰਹੇ ਹਾਂ ਉਹਨੂੰ ਨਹੀਂ ਦਰਕਿਨਾਰ ਕਰਨਾ। ਆਪਾਂ ਡੈਡੀਕੇਟਿਡਲੀ ਆਪਣੀ ਜੇ ਲਾਈਫ ਬਣਾਉਣਾ ਚਾਹੁੰਦੇ ਹਾਂ ਤਾਂ ਇੱਥੇ ਆ ਕੇ ਆਪਣੀ ਪ੍ਰੋਫਾਈਲ ਐਕਸੈਸ ਕਰਵਾਓ, ਕੁਛ ਡੈਡੀਕੇਸ਼ਨ ਤੁਹਾਡੀ, ਕੁਛ ਡੈਡੀਕੇਸ਼ਨ ਇਹਨਾਂ ਦੀ, ਹੋਰ ਉਹ ਜਿਹੜਾ ਰਿਜ਼ਲਟ ਆਏਗਾ ਨਾ ਡੈਫੀਨੇਟਲੀ ਬਹੁਤ ਹੀ ਪੋਜ਼ਿਟਿਵ ਹੋਏਗਾ। ਸਰ, ਹਾਊ ਮੱਚ ਮਨੀ ਡੂ ਵੀ ਨੀਡ ਜੇ ਆਪਾਂ ਕੈਨੇਡਾ ਦੇ ਵਿੱਚ ਪੜ੍ਹਨ ਦਾ ਸੋਚ ਰਹੇ ਹੈਗੇ ਹਾਂ? ਸਭ ਤੋਂ ਪਹਿਲਾ ਸਵਾਲ ਬੱਚਿਆਂ ਦਾ, ਉਹਨਾਂ ਦੇ ਪੇਰੈਂਟਸ ਦਾ ਇਹੀ ਹੁੰਦਾ ਆ, ਕਰੰਟਲੀ ਕੀ ਸਿਚੁਏਸ਼ਨ ਹੈ? ਸੋ ਸਟੂਡੈਂਟਸ, ਜਿਵੇਂ ਹੁਣ ਅਸੀਂ ਫੰਡਸ ਦੀ ਗੱਲ ਕਰ ਲੈਂਦੇ ਹਾਂ, ਪਹਿਲੀ ਗੱਲ ਤਾਂ ਇੱਥੇ ਵੀ ਇੱਕ ਕੀ ਕਹਿੰਦੇ ਆ ਕੁਸ਼ਚਨ ਉੱਠਦਾ। ਕਈ ਵਾਰੀ ਸਟੂਡੈਂਟ ਕੰਸਲਟੈਂਟ ਕੋਲ ਜਾਂਦਾ ਔਰ ਕੰਸਲਟੈਂਟ ਉਹਨੂੰ ਕਹਿੰਦਾ ਕਿ ਤੈਨੂੰ 15 ਲੱਖ ਸ਼ੋਅ ਕਰਨੇ ਪੈਣਗੇ। ਸੋ ਮੈਂ ਸਾਰੇ ਹੀ ਸਟੂਡੈਂਟਸ ਜਿਹੜੇ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਆ, ਮੈਂ ਉਹਨਾਂ ਨੂੰ ਦੱਸਦਾ ਕਿ ਕੋਈ ਵੀ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੁੰਦੀ ਕੈਨੇਡਾ ਸਟੂਡੈਂਟ ਵੀਜ਼ਾ 'ਚ, ਔਰ ਜੇ ਤੁਹਾਨੂੰ ਕੋਈ ਕੰਸਲਟੈਂਟ ਇੱਦਾਂ ਕਹਿੰਦਾ ਤਾਂ ਉਹ ਮਿਸਗਾਈਡ ਕਰ ਰਿਹਾ। ਓਕੇ, ਸੋ ਸਟੂਡੈਂਟਸ, ਮੈਂ ਸਾਰਿਆਂ ਨੂੰ ਐਡਵਾਈਸ ਕਰਾਂਗਾ ਕਿ ਫਸਟ ਆਫ ਆਲ ਤੁਸੀਂ ਆਪਣੀ ਬਜਟਿੰਗ ਕਰੋ ਕਿ ਤੁਸੀਂ ਕਿੰਨੀ ਸਲਾਨਾ ਫੀਸ ਦੇ ਸਕਦੇ ਹੋ, ਕਿਉਂਕਿ ਕੈਨੇਡਾ ਵਿੱਚ ਫਸਟ ਈਅਰ ਦੀ ਜਿਹੜੀ ਫੀਸ ਹੈਗੀ ਹੈ ਉਹ ਐਡਵਾਂਸ ਦੇਣੀ ਪੈਂਦੀ ਹੈ। ਸੋ ਪਹਿਲਾਂ ਦੇਣੀ ਪੈਂਦੀ ਹੈ ਸਾਨੂੰ ਫੀਸ ਵੀਜ਼ਾ ਲੱਗਣ ਤੋਂ ਪਹਿਲਾਂ, LOA ਫੀਸ ਰਿਸੀਪਟ, ਯਾਨੀ ਕਿ ਲੈਟਰ ਆਫ ਐਕਸੈਪਟੈਂਸ ਐਂਡ ਫੀ ਰਿਸੀਪਟ ਤੁਹਾਡੀ ਫਾਈਲ 'ਚ ਪਹਿਲਾਂ ਹੀ ਲੱਗਦੀ ਹੈ। ਔਰ ਉਸ ਤੋਂ ਇਲਾਵਾ ਤੁਹਾਨੂੰ GIC ਦਾ ਇੱਕ ਅਕਾਊਂਟ ਖੁਲਾਉਣਾ ਪੈਂਦਾ ਜਿਹਦੇ ਵਿੱਚ $10,200 ਡਿਪੋਜ਼ਿਟ ਹੁੰਦੇ ਆ। ਸੋ ਜਦੋਂ ਤੁਸੀਂ $10,200 ਡਿਪੋਜ਼ਿਟ ਕਰ ਦਿੰਦੇ ਹੋ ਤਾਂ ਤੁਹਾਡੇ ਲਿਵਿੰਗ ਕੋਸਟ ਕਵਰ ਹੋ ਜਾਂਦੀ ਹੈ। ਪਹਿਲਾਂ ਤੁਹਾਨੂੰ $2,000 ਮਿਲਦੇ ਆ ਔਰ ਫਿਰ ਬਾਅਦ 'ਚ $1,000 ਤੁਸੀਂ ਨੈਕਸਟ 8 ਮੰਥਸ 'ਚ ਵਿਦਡਰਾਅ ਕਰ ਸਕਦੇ ਹੋ। ਸੋ ਫੀਸ ਦੀ ਅਸੀਂ ਗੱਲ ਕਰੀਏ ਤਾਂ 5 ਲੱਖ ਤੋਂ ਲੈ ਕੇ 10 ਲੱਖ ਤੱਕ ਕਾਲਜ ਦੀ ਫੀਸ ਵੇਰੀ ਕਰਦੀ ਹੈ। ਡਿਪੈਂਡ ਕਰਦਾ ਤੁਸੀਂ ਕਿਹੜੇ ਕਾਲਜ, ਕਿਹੜੇ ਸਿਟੀ 'ਚ ਜਾ ਰਹੇ ਹੋ ਔਰ ਕਿਹੜਾ ਕੋਰਸ ਲਿਆ, ਉਹਨਾਂ ਚੀਜ਼ਾਂ 'ਤੇ ਡਿਪੈਂਡ ਕਰਦੇ ਹੈ। ਸੋ ਜੇ ਅਸੀਂ ਮੋਟਾ ਮੋਟਾ ਫੜੀਏ ਤਾਂ 10 ਲੱਖ ਰੁਪਏ ਤੋਂ ਲੈ ਕੇ ਖਰਚਾ ਆਪਣਾ 15 ਲੱਖ ਤੱਕ ਜਾ ਸਕਦਾ ਹੈ ਕੈਨੇਡਾ ਸਟੂਡੈਂਟ ਵੀਜ਼ਾ ਦਾ। ਸੋ ਡਿਪੈਂਡਸ ਕਿ ਤੁਸੀਂ ਕਿਹੜੀ ਸਿਟੀ 'ਚ ਜਾ ਰਹੇ ਹੋ। ਸੋ ਜਦੋਂ ਅਸੀਂ ਪੂਰੇ ਸਾਲ ਦੀ ਫੀਸ ਦੇ ਦਿੱਤੀ ਹੈ ਔਰ ਤੁਸੀਂ ਲਿਵਿੰਗ ਕੋਸਟ ਭਰਤੀ ਹੈ, ਇਸ ਤੋਂ ਇਲਾਵਾ ਤੁਸੀਂ ਆਪਣੇ ਪੇਰੈਂਟਸ ਦੀਆਂ ਐਕਚੁਅਲ ਬੈਂਕ ਸਟੇਟਮੈਂਟਸ ਲਾਣੀਆਂ, ਉਹਦੇ 'ਚ ਜੇ ਜੈਨੂਇਨ ਫੰਡਸ ਜੇ ਜ਼ਿਆਦਾ ਤਾਂ ਬਹੁਤ ਅੱਛਾ ਹੈ, ਜੇ ਘੱਟ ਹੈ ਤਾਂ ਵੀ ਕੋਈ ਬੁਰਾ ਨਹੀਂ ਹੈਗਾ। ਸੋ ਜੈਨੂਇਨ ਬੈਂਕ ਸਟੇਟਮੈਂਟਸ ਲਾਣੀਆਂ, ਇਨਕਮ ਟੈਕਸ ਰਿਟਰਨਸ ਲਾਣੀਆਂ, ਔਰ ਜੇ ਕੋਈ ਸੇਵਿੰਗ ਹੈਗੀ ਹੈ PPF, ਕੋਈ ਹੋਰ ਕੋਈ ਸੇਵਿੰਗ ਹੈਗੀ ਹੈ, ਤੁਸੀਂ ਆਪਣੀ ਫਾਈਲ 'ਚ ਪੁੱਟ ਅਪ ਕਰ ਸਕਦੇ ਹੋ। ਸੋ ਫੰਡਸ ਨਹੀਂ ਦਿਖਾਉਣ ਦੀ ਲੋੜ ਹੈਗੀ, ਕੋਈ ਵੀ ਪੁਰਾਣੇ ਫੰਡਸ ਦੀ ਲੋੜ ਨਹੀਂ ਹੈਗੀ ਆਪਾਂ ਨੂੰ,
किसी भी कंसल्टेंट के कहने पर फंड शो करने की नहीं लोड़ हैगी। इस तो अलावा भी मैं स्टूडेंट्स नूं गाइड करांगा कि एक्सपीरियंस लैटर्स भी तुसी ना बनवाया करो, जेन्युइन डॉक्यूमेंट्स के नाल ही अपनी फाइल पुटअप करया करो। डेफिनेटली डेफिनेटली। और देखो ये वो गल्लां तुहानूं दसदे पए ने जिहड़ी कि तुहाडे लई बहुत ही फायदे वाली रहण वाली है। जे तुसी एक्सपर्ट को आके राय लोगे ना तो थोनू पता चलेगा डिफरेंस की हैगा है, क्योंकि ये ऑलवेज कहते हैं कि जितों भी कितने तुम्हें रिफ्यूजल भी मिलया हुआ तुसी एक बार इतने आके विजिट करो, दैन यू विल गॉट टू नो कि डॉक्यूमेंटेशन सही तरीके नाल प्रोसैस होंगी है, थोड़ा सही तरीके नाल गाइड करना की होंगे। लैंडमार्क इमीग्रेसन इतने थोड़ा बहुत ही अच्छे तरीके समझाता है। और जिदा कि आप फंड लैके भी गाइड किया, जो तुम डिटेल्ड वर्जन इन्ह चीज़ों बारे जानकारी लेना चाहते हो, नंबर थोड़े टीवी स्क्रीनस से है, तो एड्रेस भी टीवी स्क्रीन पर हैगा, तुम विजिट भी कर सकते हो, तुम इन्हों गलबात भी कर सकते हो। सर बहुत सारे इदा के ब्रिलियंट स्टूडेंट्स है जेडे कि सोचते हैं कि मैं स्कॉलरशिप हासिल कर सकता है, सो उन्होंने लिए कोई स्कॉलरशिप प्लान्स भी है? बिल्कुल। सो स्टूडेंट्स जिन्हों की परसेंटेज हाई हैगी है, ओबियसली जिन्हों की परसेंटेज 85% तो उत्ते हैगी है, तो स्कॉलरशिप रेंज इज बिटवीन $5,000 टू $15,000। सो काफ़ी सारिया यूनिवर्सिटियाँ इदा दियाँ जिहड़ियाँ $15,000 की स्कॉलरशिप सालाना दे रही है। उन्होंने एग्जाम्पल दवा तो लॉरेंशियन यूनिवर्सिटी $15,000 की स्कॉलरशिप दे रही है, यानी कि 8 to 9 lakh की सालाना स्कॉलरशिप। जे असी यूनिवर्सिटी कैनेडा वैसे की गल करिए 5,000 to $20,000 की स्कॉलरशिप दी जा रही है। अलगोमा यूनिवर्सिटी की गल करिए अप टू $5,000 की स्कॉलरशिप दी जा रही है। यूनिवर्सिटी ऑफ न्यू ब्रुंसविक की गल करिए अप टू $10,000 की स्कॉलरशिप दी जा रही है। सो स्कॉलरशिप यूनिवर्सिटीज ही ज़्यादा ऑफर कर दी हैं, नॉर्मली कॉलेजेस नहीं ऑफर करते, बट नॉर्थ आइलैंड कॉलेज स्कॉलरशिप देता है। जे थोड़े 7.5 बैंड है तो $1,500, जे थोड़े 7 बैंड है तो $1,000, जे 6.5 बैंड है तो $500। सो नॉर्थ आइलैंड कॉलेज तुहानू स्कॉलरशिप ऑफर कर रहा है आइलेट्स के बैंड्स के बेसिस पे। इस तो अलावा त्रिबैस कॉलेज तुहानू $2,000 की स्कॉलरशिप दे रहा है। फीस इज $14,000 एंड राइट नाउ त्रिबैस कॉलेज इज गिविंग यू $2,000। क्यूबैक मॉन्ट्रियल च है त्रिबैस कॉलेज, और क्यूबैक के भी वीज़ा आने बहुत तेजी नाल शुरू हो चुके जी। मैं क्यूबैक की ही गल करन वाली सी, जिदा कि दस्या कि यूनिवर्सिटीज़ दे विच सानू एडमिशन लेनी चाहिए हैगी है। सो क्यूबैक दे विच काफ़ी फायदे हैगे ने, लास्ट टाइम भी शो दे विच सानू सुनन नू मिलिया सीगा, लेकिन उत्थे यूनिवर्सिटी दे विच अवेलेबल हैगी है सीट्स वगैरह? क्यूबैक च नॉर्मली स्टूडेंट्स गोज फॉर डिप्लोमा ओनली। सी राइट नाउ जे असी कॉलेजेस की गल करिए, काफ़ी ऑडिट चल रहा है क्यूबैक के कॉलेजेस उत्ते, पासपोर्ट रिक्वेस्ट भी नहीं आ रही सी काफ़ी सारे कॉलेजेस दियाँ, और वीज़ा भी स्टैंप नहीं होके आ रहे। राइट। सो बट मैं सारे स्टूडेंट्स ने कहा कि आज की डेट से साडे कोल सारे ही क्यूबैक के कॉलेजेस के वीज़ा स्टैंप होके आ गए ने। आने वाले तुम देखोगे कि बच्चों के टैसटीमोनीयल्स तुम देखोगे साढ़े इस शो के दौरान भी, मैं टीम को कहूँगा कि 2-3-4 टैसटीमोनीयल जरूर ऐड करन, ताकि स्टूडेंट्स को पता लग सके कि वीज़ा स्टैंपिंग की जिहड़ी स्पीड है वह बहुत तेज़ हो चुकी है, असी वीज़ा हैंड ओवर कर रहे हैं स्टूडेंट्स को। सो क्यूबैक के अंदर नॉर्मली स्टूडेंट फीस नू लैके लो फीस नू लैके ही अपना वीज़ा अप्लाई करता है, एंड पंजाब तो सारा स्टूडेंट डिप्लोमा ही करन जाता है। बट मैं स्टूडेंट्स नू आगाह करना चाहवागा कि चूज़ योर कॉलेज वाइजली, जिहड़े कॉलेज की कोई स्टैंडिंग होवे, जिहड़े कॉलेज का इंफ्रास्ट्रक्चर चंगा होवे, ताकि कल नू इदां ना होवे कि तुहानू उत्थे जाके वर्क परमिट मिलन च औक होवे या कल नू कोई प्रॉब्लम का सामना फेस करना पे। सो कुछ कॉलेजेस हैगे जिहड़े तुसी चूज़ कर सकते हो। वन इज़ वैनियर कॉलेज। वैनियर कॉलेज गवर्नमेंट कॉलेज हैगा फ्रॉम क्यूबैक, जिहड़ा कि पोस्ट ग्रैजुएट कोर्सिस ऑफर करता है। एंड इस तो अलावा जे असी गल करिए लसाल कॉलेज इज वेरी ओल्ड एंड वेरी रिप्यूटेड कॉलेज, एंड त्रिबैस कॉलेज मॉन्ट्रियल इज ऑलसो वेरी गुड ऑप्शन जो स्टूडेंट क्यूबैक च अपलाई करना चाहते हैं। राइट जी सर, डेफिनेटली काफ़ी सारे ऑप्शन तुम स्टूडेंट्स ने दसे ने, टाइम थोड़ा घट है लेकिन सवाल बहुत सारे ने स्टूडेंट्स के। फटाफट एक चीज़ ये भी दसो कि एज लिमिट की होनी चाहिए, क्योंकि बड़े सारे स्टूडेंट्स का गैप हैगा, जस्टिफाइड गैप हैगा। सी जिन्ना दे जस्टिफाइड गैप है, बहुत वधिया क्वेश्चन पूछा तुसी। नॉर्मली स्टूडेंट मैंने पूछता कि मेरा गैप है, जे कोई कोई जॉब कर रहा है तो गैप नहीं है, वो जस्टिफाइड गैप है। सपोज किसी स्टूडेंट ने प्लस टू पास की है एंड 2 साल का गैप इज
कोई प्रॉब्लम नहीं है, कोई सर्टिफिकेट लाने की लोड़ नहीं है, कोई एक्सपीरियंस बनाने की लोड़ नहीं है। दो साल तक तो गैप कॉलेजेस एक्सेप्ट करते हैं, पांच साल तक तो जस्टिफाइड गैप कॉलेजेस एक्सेप्ट करते हैं। इस तो ज्यादा कुछ कॉलेजेस दस साल का भी पंद्रह साल का भी जस्टिफाइड गैप एक्सेप्ट करते हैं, और कुछ कॉलेजेस तो यही कहते हैं कि सानू गैप ना कोई लेना देना नहीं है, असीं तुहानू ऑफर लेटर दे देंगे। सो इत्थे भी एक पॉइंट है, मैं प्राइवेट कॉलेजेस की नहीं गल कर रहा, मैं सरकारी कॉलेजेस की गल कर रहा। सो काफ़ी सारे सरकारी कॉलेजेस हैं जिहड़े कहिंदे कि सानू गैप जस्टिफिकेशन की कोई जरूरत नहीं है, असीं तुहानू एक्सैप्ट कर लाँगे इफ यू आर एलिजिबल, और जिहड़ी गैप जस्टिफिकेशन है यू नीड टू गिव इट टू द हाई कमीशन। सो स्टूडेंट्स, गैप इज नॉट अ प्रॉब्लम। साढ़े को जिहड़े वीजाज लग के आए हैं वी भी साल के जॉब एक्सपीरियंस के नाल स्टूडेंट्स के लग के आए हैं, सो दैट इज नॉट अ प्रॉब्लम एट ऑल। यू कैन अपलाई फॉर योर स्टूडेंट वीजा एट एनी एज, मैं कहूँगा अप टू 40 ईयर्स ऑल्सो यू कैन अपलाई योर स्टूडेंट वीजा टू कैनेडा। सो अज की डेट च कोविड के दौरान जेडे स्टूडेंट्स वर नॉट एलिजिबल फॉर स्टूडेंट वीजा या PR, सो काफ़ी सारे इदा दिन फैमिलीज हैं जिन्होंने अपना स्टूडेंट वीजा अपलाई किया कैनेडा का, और उन्होंने उत्थे जाके अपनी फैमिलीज भी इनविटेशन भेजा। डेफिनेटली, मतलब पढ़ाई की कोई उम्र नहीं हैगी है, इच्छा होनी चाहिए है थोड़ी, और उस इच्छा को अगे वधाने के लिए थोड़ा डिसीजन लेना पेगा। डिसीजन लेना है लैंडमार्क इमीग्रेशन दे आके जरूर पहुँचो। और सर मैं एक गल फटाफट ये भी जरूर दसो कि कितने कितने थोड़ी ब्रांचिज ने, स्टूडेंट थोड़ा कितने कितने विजिट करके गलबात कर सकते हैं। सो साडिया ब्रांचिज जलंधर, मोगा, लुधियाना, अमृतसर, मोहाली, चंडीगढ़ च हैगी है, गुजरात च साडी वडोदरा च ब्रांच है, एंड बहुत जल्दी असी बठिंडा च अपनी ब्रांच नवी ओपन करन वाले हां। सो दा एड्रेस स्टूडेंट्स दे नाल जल्द ही शेयर करांगे। दिल्ली च साडी ब्रांच नॉन ऑपरेशनल सी बिकॉज ऑफ कोविड, एंड असी कोशिश कर रहे हैं कि दिल्ली वाली ब्रांच भी असी बहुत जल्दी ऑपरेशनल करिए। सो स्टूडेंट्स, तुसी साडे नाल राबता कायम कर सकते हो जिथे भी तुसी हैगे हो, भावें तुसी बॉम्बे च हैगे, साडे कोल बहुत स्टूडेंट्स ऑनलाइन भी अपना स्टूडेंट वीजा अपलाई करते हैं, और फेस टू फेस काउंसलिंग लेना चाहते हो तो साडे ऑफिसिस च विजिट कर सकते हो। डेफिनेटली, एंड थैंक यू सो मच सर, तुसी साडे नाल जुड़े अज अपना कीमती टाइम कढ़ के। इस दे नाल वेला है तुहानू छड के जाण दा, लेकिन जाण तो पहला मैं तुहानू जरूर सुनावांगी उहनां स्टूडेंट्स दी जुबानी उहनां दी कहानी। दो इजाजत, सत श्री अकाल। वीर सिंह जी आ चुके ने जिन्हां दा तरन तारण के रहने वाले ने पंजाब के, सो फाइनली कैनेडा का वीज़ा स्टैंप हो के आ चुके हैं। सो सब तो पहले तो हरबीर कॉन्ग्रेचुलेशन। सो गलबात करांगे किहड़े कॉलेज में जा रहे हो, किहड़े प्रोग्राम के लिए? मैं सर लाइग्रा कॉलेज जा रहा हूं, बेकिंग एंड पेस्ट्री आर्ट्स की कोर्स। ओके, तो तुहाडी इंडिया दे विच की क्वालिफिकेशन सी हरबीर? मेरी सर 2019 दे विच प्लस टू सी, ओके, स्ट्रीम दे विच 80% मार्क्स। ओके, दैट्स गुड। और आईलेट स्कोर की सीगा तुहाडा? ओवरऑल 6.5 विद नॉट लेस देन 5.5। अच्छा, एक च 5.5 सीगे? जी सर। और कोई डरता नहीं सी एक च 5.5, क्योंकि मार्केट च बहुत र्यूमर हैगा इदां दा कि? जी सर, डरते सी, लेकिन डरते ट्रस्ट भी सी। ट्रस्ट भी सीगा, लैंडमार्क इमीग्रेशन नाल नाल डर भी बड़ा सी, बट फाइनली ट्रस्ट काम आ गया, डर निकल गया, हुण फाइनली वीजा हरबीर दे हाथ विच है। सो की प्लानिंग कर रहे हो, कदों फ्लाई कर रहे हो? सर फ्लाइंग जल्द कॉलेज वालों आ जाएगा। अच्छा, क्वारंटाइन प्लान का सिस्टम सर आ जाएगा, फिर तुम ट्रैवल करोगे। और तुम्हें लैंडमार्क इमीग्रेशन बारे कि पता लग्या सीगा ओवरऑल? देखो मैं तरन तारण है, तो मैं लगता अमृतसर, तुम अमृतसर ब्रांच अपलाई किया? जी सर। सो ओके, तुम भी अगर कितने उस साइड तो तरन तारण गुरदासपुर से तुम अमृतसर ब्रांच लैंडमार्क इमीग्रेशन की विजिट कर सकते हो। रणजीत एवेन्यू के SCO 52 पुष्पा टावर सैकेंड फ्लोर के उत्ते, बिल्कुल बैक साइड के उत्ते जी, जो बेस्ट वेस्टर्न होटल है वो बिल्कुल बैक तो ही बिल्डिंग हैगी है। सो उत्थे लैंडमार्क इमीग्रेशन अवेलेबल हैगा। किवें लभिया सीगा लैंडमार्क इमीग्रेशन, मतलब फाइनली ये किद्दां बनाया सी प्लान कि अप्लाई करना है? जी सर, एक तो साडे काफ़ी रिलेटिव्स दा वीजा आया सी तुहाडे कोल। अच्छा, तां करके उन्हें कहा भी सारा ट्रांसपेरेंसी दा बहुत ही ख्याल रखते, भी सारा बिल्कुल जेन्युइन तुहानूं एडवाइस कर। ओके ओके ओके, ऑलरेडी रिलेटिव्स दा वीजा लग्या होया? साडा मोटो ही यही है जी, 100% ट्रांसपेरेंसी और 100% जेन्युइनसी। जेन्युइन होना चाहिए, ट्रांसपेरेंट होना चाहिए, तो काम वधिया आप ही हो जाता है। सो हरबीर, मैं तो यही कहूँगा बेस्ट ऑफ लक फॉर योर फ्यूचर, एंड पूरी लैंडमार्क इमीग्रेशन की टायर टीम यही सोचती है कि जो तुम सुपने लैके बाहर जा रहे हो पूरे हो जल्द से जल्दी। थैंक यू वेरी मच। जेकर तुम भी इमीग्रेशन सलाहकार हो या वीजा एक्सपर्ट हो, तुम भी साडे शो दे विच पार्टिसिपेट करना चाहते हो, तो सानू कॉल कर सकते हो। नंबर है 9914400369। नंबर एक बार फिर तो नोट कर लो, 9914400369। We'll be right back.